ਸਤਿਕਾਰ ਦਰਸ਼ਕੋ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ ਮੈਂ ਅੰਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਦਰਸ਼ਕੋ, ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਸ ਕਲਾਕਾਰ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਪਹਿਲੇ ਸੌਂਗ ਮੈਂਟਲ ਦੇ ਨਾਲ ਬਹੁਤ ਸਾਰਾ ਪਿਆਰ ਜਿੱਤਿਆ। ਜੀ ਹਾਂ ਦਰਸ਼ਕੋ, ਮੈਂ ਗੱਲ ਕਰ ਰਹੀ ਹਾਂ ਸਾਜੀ ਸਾਂਝੀ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਿਆਰ ਭਾਈ, ਸਤਿ ਸ਼੍ਰੀ ਅਕਾਲ ਮੇਰੇ ਘਰ ਬੈਠੇ ਦਰਸ਼ਕਾਂ ਲਈ, ਅਤੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ। ਥੈਂਕ ਯੂ ਸਰ। ਸਰ, ਸਾਨੂੰ ਪਤਾ ਕਿ ਤੁਸੀਂ ਪਹਿਲੇ ਨਿਊਜ਼ ਐਂਕਰ ਤੋਂ ਸਿੰਗਰ ਬਣ ਰਹੇ ਹੋ, ਬਣ ਗਏ ਹੋ ਹੁਣ ਤਾਂ ਬਿਲਕੁਲ, ਅਤੇ ਤੁਹਾਡਾ ਜਿਹੜਾ ਸਫ਼ਰ ਹੈ, ਤੁਸੀਂ ਕਿਵੇਂ ਸੋਚਿਆ ਨਿਊਜ਼ ਐਂਕਰ ਤੋਂ ਸਿੰਗਿੰਗ ਲਾਈਨ ਵਿੱਚ ਆਉਣਾ? ਦੋਨੋਂ ਬਿਲਕੁਲ ਡਿਫਰੈਂਟ ਸਟ੍ਰੀਮਸ। ਐਕਚੁਅਲੀ ਕੋਈ ਪਲੈਨਿੰਗ ਨਹੀਂ ਸੀ ਮੇਰੀ ਪ੍ਰੋਫੈਸ਼ਨਲ ਸਿੰਗਰ ਬਣਨ ਦੀ। ਸ਼ੌਂਕ ਤਾਂ ਚਲੋ ਬਚਪਨ ਸਭ ਨੂੰ ਗਾਉਣ ਦਾ ਹੁੰਦਾ, ਬਾਥਰੂਮ ਸਿੰਗਰ ਦਾ, ਹੈ ਨਾ ਜੀ। ਅਤੇ ਮੈਂ ਐਕਚੁਅਲੀ ਨਿਊਜ਼ ਐਂਕਰ ਵੀ ਨਹੀਂ ਬਣਨਾ ਸੀ, ਐਕਚੁਅਲੀ ਮਜਬੂਰੀ ਨੂੰ ਆਪਣੀ ਮੈਂ ਜੋਬ ਦੇ ਵਾਸਤੇ ਗਿਆ ਸੀ, ਅਤੇ ਬਸ ਸਿੱਖਦੇ ਸਿੱਖਦੇ ਨਿਊਜ਼ ਐਂਕਰ ਬਣ ਗਏ 2-3 ਸਾਲਾਂ ਦੇ ਵਿੱਚ। ਫਿਰ ਕਰਦੇ ਕਰਾਉਂਦੇ ਫਿਰ ਸਿੰਗਿੰਗ ਲਈ ਬਹਿ ਕੇ ਗਾਣੇ ਗੁਣੇ ਗਾਉਣ ਲੱਗ ਗਏ। ਯਾਰਾਂ ਦੋਸਤਾਂ ਦੀ ਸਪੋਰਟ ਬੜੀ ਰਹੀ, ਫੈਮਿਲੀ ਦੀ ਬਹੁਤ ਰਹੀ, ਅਤੇ ਹੁਣ ਅੱਜ ਗਾਣਾ ਨਿਕਲਿਆ। ਖੁਦ ਨੂੰ ਯਕੀਨ ਨਹੀਂ ਹੁੰਦਾ, ਇੰਨੀਆਂ ਫੀਲਡਾਂ ਚੇਂਜ ਕਰ ਲਈਆਂ, ਹੁਣ ਸਿੰਗਰ ਹੈ, ਫਿਰ ਸਿੰਗਰ ਦੇ ਆ ਗਏ ਆਪਾਂ। ਤੁਸੀਂ ਫੈਮਿਲੀ ਸਪੋਰਟ ਦੀ ਗੱਲ ਕੀਤੀ, ਜਦੋਂ ਬੰਦੇ ਦੀ ਇੱਕ ਜੋਬ ਹੁੰਦੀ ਹੈ, ਫੈਮਿਲੀ ਖੁਸ਼ ਹੁੰਦੀ ਹੈ ਕਿ ਠੀਕ ਹੈ ਇੱਕ ਫਿਕਸ ਸੈਲਰੀ ਆ ਰਹੀ, ਉਸ ਤੋਂ ਬਾਅਦ ਸਿੰਗਿੰਗ ਲਾਈਨ ਵਿੱਚ ਜਿੱਥੇ ਇੱਕਦਮ ਸ਼ੋਹਰਤ ਔਰ ਨਾਮ ਨਹੀਂ ਬਣਦਾ, ਫੈਮਿਲੀ ਦਾ ਕਿਵੇਂ ਦਾ ਸਪੋਰਟ ਸੀ? ਫੈਮਿਲੀ ਤਾਂ ਵਿਚਾਰਿਆਂ ਨੇ ਕਦੀ ਕੁਛ ਕਿਹਾ ਹੀ ਨਹੀਂ ਨਾ, ਉੱਚੀ ਉੱਚੀ ਗਾਉਂਦੇ ਰਹੀਦਾ ਸੀ ਘਰ, ਗਵਾਂਢੀ ਡਿਸਟਰਬ ਹੁੰਦੇ ਸੀ, ਪਰ ਫਿਰ ਵੀ ਗਵਾਂਢੀਆਂ ਨੂੰ ਪੈ ਜਾਂਦੇ ਸੀ, ਸਾਨੂੰ ਨਹੀਂ ਕਦੀ ਕੁਛ ਕਿਹਾ ਉਹਨਾਂ ਨੇ। ਗਾਉਣ ਲੱਗੇ ਵੀ ਪੂਰੀ ਸਪੋਰਟ ਰਹੀ ਉਹਨਾਂ ਦੀ, ਅਤੇ ਨਿਊਜ਼ ਐਂਕਰ ਜਦੋਂ ਸੀਗਾ ਨਾ, ਉਹਨਾਂ ਨੇ ਸੈਲਰੀ ਦਾ ਪੁੱਛਿਆ ਕਦੀ ਕੀ ਕਰਦਾ ਕੀ, ਆਪਣੇ ਖਰਚੀ ਦਾ ਸੀ, ਆਪਣੇ ਕੱਪੜੇ ਲੀੜੇ ਲਈਦੇ ਸੀ, ਘਰਦਿਆਂ ਤੋਂ ਘੱਟ ਮੰਗਿਆ, ਆਪ ਹੀ ਜੋ ਕੀਤਾ ਹੁਣ ਤੱਕ, ਬਸ ਆਪਣਾ ਹੀ ਕੀਤਾ, ਗਾਂ ਵੀ ਕਰਾਂਗੇ ਜੀ। ਅਤੇ ਜੇ ਜਰਨੀ ਦੀ ਗੱਲ ਕਰੀਏ, ਬਹੁਤ ਸਾਰੀ ਸਟਰਗਲਸ ਵੀ ਕੀਤੀਆਂ ਹੋਣੀਆਂ ਕਿਉਂਕਿ ਬਿਲਕੁਲ ਡਿਫਰੈਂਟ ਫੀਲਡਸ ਨੇ ਦੋਵੇਂ, ਤੁਹਾਡੀ ਆਪਣੀ ਜਰਨੀ ਤੁਹਾਨੂੰ ਕਿਵੇਂ ਦੀ ਲੱਗਦੀ? ਦੇਖੋ ਜੀ, ਹਰ ਇੱਕ ਸਕਸੈਸ ਬੰਦਾ ਜਿਹੜਾ ਆਪਣੀ ਲਾਈਫ ਦੇ, ਉਹਦੇ ਸਟਰਗਲ ਤਾਂ ਹੈ ਹੀ ਹੈ, ਮਤਲਬ ਸਟਰਗਲ ਹੋਣਾ ਬਹੁਤ ਜ਼ਰੂਰੀ ਹੈ, ਅਤੇ ਅਸੀਂ ਵੀ ਕੁਝ ਘੱਟ ਨਹੀਂ ਕੀਤਾ, ਮੇਰੀ ਉਮਰ ਜ਼ਿਆਦਾ ਨਹੀਂ ਹੈ ਕੁਝ, ਪਰ ਫਿਰ ਵੀ ਮੈਂ ਸਟਰਗਲ ਬਹੁਤ ਦੇਖਿਆ ਲਾਈਫ 'ਚ, ਹੈ ਨਾ, ਆਪਣੇ ਦੂਰ ਜਾਂਦੇ ਦੇਖੇ ਆ, ਅਤੇ ਆਪਣੇ ਕੰਮ ਦੇ ਪ੍ਰਤੀ ਥੋੜ੍ਹਾ ਸੀਰੀਅਸ ਹੋ ਕੇ ਸਭ ਕੁਝ ਭੁੱਲਣਾ, ਫਿਰ ਉਸ ਤੋਂ ਬਾਅਦ ਪੈਦਲ ਸਫ਼ਰ ਤੈਅ ਕਰਨੇ, ਕਦੀ ਕਦੀ ਕੁਛ ਮਿਲਦਾ ਨਹੀਂ ਸੀ, ਕਨਵੈਂਸ ਨਹੀਂ ਹੁੰਦੇ ਸੀਗੇ, ਹੈ ਨਾ, ਹਰ ਇੱਕ ਇਨਸਾਨ ਦੇ ਨਾਲ ਸਟਰਗਲ ਜੁੜਿਆ ਹੀ ਆ, ਅਤੇ ਸਟਰਗਲ ਹੋਣਾ ਬਹੁਤ ਜ਼ਰੂਰੀ ਲਾਈਫ ਦੇ ਵਿੱਚ, ਮੈਂ ਬਹੁਤ ਜ਼ਿਆਦਾ ਕੀਤਾ ਸਟਰਗਲ ਜੀ, ਅੱਜ ਵੀ ਤੁਹਾਡੇ ਸਾਹਮਣੇ ਬੈਠਾ ਹਾਂ, ਆਪਣੇ ਸਟਰਗਲ ਕਰਕੇ ਬੈਠਾ ਜੀ। ਬਿਲਕੁਲ, ਜੇ ਗੱਲ ਕਰੀਏ ਤੁਹਾਡੇ ਸੌਂਗ ਮੈਂਟਲ ਦੀ, ਜਦੋਂ ਇਹ ਸੌਂਗ ਕੱਢਣਾ ਸੀ, ਉਸ ਤੋਂ ਪਹਿਲੇ ਬਹੁਤ ਸਾਰੀਆਂ ਸਿਲੈਕਸ਼ਨਸ ਹੁੰਦੀਆਂ ਨੇ, ਇੱਕ ਪ੍ਰੋਸੈਸ ਹੁੰਦੀ ਹੈ ਨਾ ਕਿ ਇਹ ਗਾਣਾ ਕਰਨਾ ਹੋਣਾ, ਤੁਸੀਂ ਬੀਂਗ ਯੂਥ ਇੱਕ ਮੈਂਟਲ ਸੌਂਗ ਨੂੰ ਹੀ ਕਿਉਂ ਚੁਣਿਆ ਆਪਣੀ ਕਮਬੈਕ ਲਈ ਜਾਂ ਫਸਟ ਸੌਂਗ ਲਈ? ਐਕਚੁਅਲੀ ਮੇਰਾ ਬ੍ਰਦਰ ਜੀ ਵੀ ਬ੍ਰੌਟ ਮਿਊਜ਼ਿਕ ਡਾਇਰੈਕਟਰ ਹੈ, ਬਹੁਤ ਮੰਨਿਆ ਉਹਦਾ, ਅਤੇ ਅਸੀਂ ਦੋਨੋਂ ਬੈਠੇ ਸੀ ਰਾਤ, ਅਤੇ ਬੈਠੇ ਬੈਠੇ ਉਹਨੇ ਮੈਨੂੰ ਕਿਹਾ ਕਿ ਆਪਾਂ ਕੋਈ ਗਾਣਾ ਕਰਨਾ, ਅਤੇ ਲਿਰਿਸਿਸਟ ਹੈ ਮੇਰਾ ਬ੍ਰਦਰ ਲਵ ਜੋਲ, ਇਹਨੇ ਗਾਣਾ ਲਿਖਿਆ ਸੀ, ਮੈਨੂੰ ਪਸੰਦ ਲੱਗਾ, ਮੈਂ ਕਿਹਾ ਚਲੋ ਯਾਰ ਆਪਣੇ ਲਈ ਹੀ ਕਰਦੇ ਹਾਂ ਆਪਾਂ ਗਾਣਾ। ਮੈਂ ਅੱਜ 3 ਘੰਟੇ ਦੇ ਵਿੱਚ ਉਹਨੇ ਪੂਰਾ ਗਾਣਾ ਤਿਆਰ ਕਰਤਾ ਵੀ ਬ੍ਰੌਟ ਨੇ, ਕਰਕੇ ਅਸੀਂ ਆਪਣੇ ਲਈ ਸੁਣਿਆ, ਸਾਨੂੰ ਵਧੀਆ ਲੱਗਾ, ਡਾਇਲੋਗ ਪਾ ਤੇ ਯੋਗਰਾਜ ਭਾਜੀ ਦੇ, ਹੈ ਨਾ, ਸਾਰਿਆਂ ਦੇ ਡਾਇਲੋਗ ਪੁਰਾਣੇ ਪਾ ਕੇ ਵਿੱਚ, ਅਤੇ ਅਸੀਂ ਗਾਣਾ ਰੈਡੀ ਕਰਤਾ, ਅਤੇ ਮੇਰੇ ਯਾਰਾਂ ਦੋਸਤਾਂ ਨੂੰ, ਮੇਰੀ ਫੈਮਿਲੀ ਨੂੰ, ਹੈ ਨਾ, ਸਭ ਨੂੰ ਬਹੁਤ ਪਸੰਦ ਆਇਆ ਗਾਣਾ, ਅਤੇ ਰਿਸਪੋਂਸ ਕਾਫੀ ਅੱਛਾ ਮਿਲਦਾ ਪਿਆ ਸੀਗਾ, ਅਤੇ ਕਰਦੇ ਕਰਾਉਂਦੇ ਸਾਡੇ ਮਿੱਤਰ ਨੇ ਕਿਸੇ ਪ੍ਰੋਡਿਊਸਰ ਨੂੰ ਸੁਣਾਇਆ ਗਾਣਾ, ਅਤੇ ਉਹਨਾਂ ਨੂੰ ਬਹੁਤ ਪਸੰਦ ਆ ਗਿਆ, ਅਸੀਂ ਵੀਡੀਓ ਕਰਨਾ ਗਾਣੇ ਦਾ। ਐਕਚੁਅਲੀ ਪਲੈਨਿੰਗ ਕੋਈ ਨਹੀਂ ਸੀ, ਜੋ ਕੁਛ ਹੋਇਆ ਰੱਬ ਨੇ ਮੋੜ ਇੱਦਾਂ ਲਿਆਂਦਾ ਕਿ ਵੀਡੀਓ ਬਣੀ, ਅੱਜ ਹਿੱਟ ਹੋਇਆ, ਯੂਟਿਊਬ 'ਤੇ 8-9 ਲੱਖ ਤੋਂ ਜ਼ਿਆਦਾ ਵਿਊ ਹੋ ਚੁੱਕੇ ਇਹਦੇ, ਅਤੇ ਕਾਫੀ ਅੱਛਾ ਰਿਸਪੋਂਸ ਮਿਲਿਆ ਉਹਦਾ ਜੀ। ਯੂਜੁਅਲੀ ਅਸੀਂ ਦੇਖਦੇ ਹਾਂ ਜਿਹੜਾ ਵੀ ਸਿੰਗਰ ਹੁੰਦਾ ਜਦੋਂ ਸ਼ੁਰੂਆਤ ਕਰਦਾ, ਜਾਂ ਤਾਂ ਸੋਸ਼ਲ ਮੈਸੇਜ ਵਾਲੇ ਸੌਂਗ ਹੁੰਦੇ ਜਾਂ ਰੋਮਾਂਟਿਕ ਵਾਲੇ, ਤੁਸੀਂ ਸਿੱਧਾ ਹੀ ਬੀਟ ਸੌਂਗ ਨੂੰ ਫੜਿਆ, ਤੁਹਾਨੂੰ ਡਰ ਨਹੀਂ ਲੱਗਿਆ ਕਿ ਯੂਥ ਕਿੱਦਾਂ ਦਾ ਅਸੈਪਟ ਕਰੇਗਾ ਜਾਂ ਰਿਸਪੋਂਸ ਕਿਵੇਂ ਦਾ ਆਏਗਾ? ਦੇਖੋ, ਡਰ ਤਾਂ ਲੱਗੇ ਕਿ ਮੈਂ ਕੋਈ ਗਲਤ ਮਨਸ਼ਾ ਦੇ ਨਾਲ ਗਾਣਾ ਲੈ ਕੇ ਆਇਆ ਗਿਆ ਨਾ, ਇਸ ਤੋਂ ਪਹਿਲਾਂ ਮੈਸੇਜ ਵਾਲੇ ਗਾਣੇ ਵੀ ਕੀਤੇ, ਉਹ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਸੀ, ਚਲੋ ਉਹ ਵੀ ਫਨ ਕਰਦੇ ਕਰਦੇ, ਇੱਕ ਮੈਸੇਜ ਵਾਲਾ ਗਾਣਾ ਖੁਦ ਆਪ ਲਿਖਿਆ ਸੀ ਮੇਰੇ ਵੀਰ ਕਮਲ ਸਲੋਧੀਆਂ ਦੇ ਨਾਲ ਮਿਲ ਕੇ ਲਿਖਿਆ ਸੀ, ਮੇਰੇ ਮਾਪਿਆਂ ਤੋਂ ਧੀਆਂ ਕਿਉਂ ਨਹੀਂ ਰੱਖਾਉਂਦੀਆਂ, ਰੱਬਾ ਮੇਰੇ ਦਿਲ ਵਿੱਚ ਆਉਂਦਾ ਇਹ ਖਿਆਲ ਕਿਉਂ ਨਹੀਂ ਰੱਖਿਆ, ਅੱਜ ਕੋਈ ਧੀਆਂ ਦਾ ਖਿਆਲ, ਵਿਆਹ ਤੋਂ ਬਾਅਦ ਇਹ ਕਾਹਤੋਂ ਵੱਖ ਹੁੰਦੀਆਂ, ਮਾਪਿਆਂ ਤੋਂ ਧੀਆਂ ਕਿਉਂ ਨਹੀਂ ਰੱਖਾਉਂਦੀਆਂ। ਇਹ ਮੈਸੇਜ ਵਾਲਾ ਗਾਣਾ ਕਾਫੀ ਲੋਕਾਂ ਨੇ ਕਿਹਾ ਯਾਰ ਬਹੁਤ ਅੱਛਾ ਗਾਣਾ ਹੈ, ਉਸ ਤੋਂ ਬਾਅਦ 2-3 ਗਾਣੇ ਫਿਰ ਨਸ਼ੇ ਪੱਤੇ ਦੇ ਖਿਲਾਫ ਵੀ ਕੱਢੇ ਸੀ, ਹੈ ਨਾ, ਅਤੇ ਫਿਰ ਕਰਦੇ ਕਰਦੇ ਸ਼ੁਰੂਆਤ ਅੱਛੀ ਕੀਤੀ ਹੈ, ਕਿਉਂਕਿ ਲੋਕਾਂ ਨੂੰ ਅੱਜ ਕੱਲ੍ਹ ਜਨਰੇਸ਼ਨ ਨੂੰ ਪਸੰਦ ਇਹੀ ਚੀਜ਼ਾਂ ਨੇ, ਆਪਾਂ ਕੋਈ ਧਾਰਮਿਕ ਚੀਜ਼ ਕੱਢਦੇ ਕੁਛ ਕੱਢ, ਚਲੋ ਵੀ ਠੀਕ ਆ, ਪਰ ਜ਼ਿਆਦਾ ਹੱਲਾਸ਼ੇਰੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬੀਟ ਸੌਂਗਾਂ ਨੂੰ ਦਿੰਦੀ ਫਿਰ ਤਾਂ, ਹੈ ਨਾ ਜੀ। ਬਿਲਕੁਲ, ਅਤੇ ਮੈਂਟਲ ਸੌਂਗ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਵੀਡੀਓ ਕਰਨਾ ਸਭ ਕੁਝ ਕਿਵੇਂ ਦਾ ਐਕਸਪੀਰੀਅੰਸ? ਐਕਸਪੀਰੀਅੰਸ ਬਹੁਤ ਵਧੀਆ ਸੀ ਜੀ, ਸਿੱਖਣ ਨੂੰ ਬਹੁਤ ਕੁਛ ਮਿਲਿਆ, ਐਕਚੁਅਲੀ ਫਸਟ ਵੀਡੀਓ ਸੀ, ਅਤੇ ਉਹਦੇ ਕਰਕੇ ਅਸੀਂ ਬਹੁਤ ਨਰਵਸ ਵੀ ਹੋਏ ਜੀ, ਐਕਚੁਅਲੀ 2 ਦਿਨ ਦਾ ਸ਼ੂਟ ਸੀ, ਇੱਕ ਵਾਰੀ ਸ਼ੂਟ ਤਾਂ ਬਹੁਤ ਜ਼ਿਆਦਾ ਮਤਲਬ ਮੀਂਹ ਪੈਣ ਲੱਗ ਗਿਆ, ਪਾਣੀ ਬਹੁਤ ਇਕੱਠਾ ਹੋ ਗਿਆ, ਕੈਂਸਲ ਹੋਇਆ,
ਤੇ ਪੂਰੀ ਟੀਮ ਦਾ ਬੜਾ ਸਹਿਯੋਗ ਰਿਹਾ, ਮੇਰੇ ਇਕੱਲੇ ਦਾ ਕੁਛ ਨਹੀਂ ਸੀ ਜੀ। ਸਾਡੇ ਵੀਡੀਓ ਡਾਇਰੈਕਟਰ ਦੀਪ ਬਾਵਾ, ਸ਼ਿਪਨ ਮਿਸ਼ਰਾ ਤੇ ਸਾਬੀ ਡੱਲੀ ਭਾਅ ਜੀ ਇੰਪੀਰੀਅਲ ਫੋਰ ਐਵਰ, ਤੇ ਰੋਸ਼ਾਲੀ ਰਾਏ ਸਾਡੀ ਮਾਡਲ ਜਿਹੜੇ ਅਰਜੁਨ, ਮਤਲਬ ਸਾਰਿਆਂ ਨੇ ਹੀ ਬਹੁਤ ਬਾਖੂਬੀ ਆਪਣਾ ਕਿਰਦਾਰ ਨਿਭਾਏ ਗਾਣੇ ਦੇ ਵਿੱਚ, ਤੇ ਇਹਨਾਂ ਕਰਕੇ ਹੀ ਗਾਣਾ ਅੱਜ ਹਿੱਟ ਹੋਇਆ ਤੇ ਵੀਡੀਓ ਬਹੁਤ ਸੋਹਣੀ ਕੀਤੀ ਇਹਨਾਂ ਨੇ ਜੀ। ਬਿਲਕੁਲ, ਜਦੋਂ ਗਾਣੇ ਨੂੰ ਇੰਨਾ ਪਿਆਰ ਮਿਲ ਰਿਹਾ ਫਿਰ ਦਰਸ਼ਕਾਂ ਦੇ ਰੂਬਰੂ ਕਰਨਾ ਤਾਂ ਬਣਦਾ ਸਰ। ਬਿਲਕੁਲ ਜੀ, ਮੈਂ ਸੁਣਾਉਂਦਾ ਦੋ ਲਾਈਨ। ਵੈਪਣਾ ਨਾ ਕਦੇ ਨਹੀਂ ਉਹ ਬੱਚੇ ਖੇਡਦੇ, ਕੰਮ ਮਰਦਾਂ ਦਾ ਹਿੱਕ ਵਿੱਚ ਸ਼ੇਕ ਕਰਨਾ, ਨਾਲ ਦੇ ਆ ਸਾਰੇ ਮੇਰੇ ਮੈਂਟਲ ਬੱਲਿਆ, ਨਾਲ ਦੇ ਆ ਸਾਰੇ ਮੇਰੇ ਮੈਂਟਲ ਬੱਲਿਆ, ਭੋਰਾ ਵੀ ਕਦੇ ਨੀ ਕੋਈ ਗੱਲ ਜਰ ਦੇ, ਕਿਹੜੀ ਹਵਾ ਵਿੱਚ ਫਿਰੇ ਤੂੰ ਉੱਡਦਾ, ਤੂੰ ਇੰਨੇ ਜੋਗਾ ਹੈ ਨੀ ਸਾਡੇ ਮੂਹਰੇ ਖੜ ਜੇ। ਬਹੁਤ ਹੀ ਵਧੀਆ ਸਰ। ਜੇ ਗੱਲ ਕਰੀਏ ਰਿਐਲਿਟੀ ਸ਼ੋਅ ਦੀ, ਅੱਜ ਕੱਲ੍ਹ ਦਾ ਦੌਰ ਹੈ, ਹਰ ਫੀਲਡ ਵਿੱਚ ਰਿਐਲਿਟੀ ਸ਼ੋਅ ਆ ਰਹੇ, ਜਦੋਂ ਤੁਸੀਂ ਆਪਣੇ ਆਪ ਨੂੰ ਇਹਦੇ ਵਿੱਚ ਲਾਂਚ ਕਰਨ ਦਾ ਸੋਚਿਆ, ਤੁਸੀਂ ਸੋਚਿਆ ਨੀ ਰਿਐਲਿਟੀ ਸ਼ੋਅ ਇੱਕ ਈਜ਼ੀ ਪਲੈਟਫਾਰਮ ਹੈ, ਉੱਥੋਂ ਸ਼ੁਰੂਆਤ ਕਰ ਲੈਣਾ? ਐਕਚੁਅਲੀ ਰਿਐਲਿਟੀ ਸ਼ੋਅ ਦਾ ਕਦੀ ਮੌਕਾ ਮਿਲਿਆ ਨਹੀਂ ਮੈਨੂੰ, ਐਵੇਂ ਜੇ ਮਿਲੂਗਾ ਮੈਂ ਛੱਡੂਗਾ ਨਹੀਂ ਮੌਕਾ। ਕੋਈ ਵੀ ਕੰਮ, ਅੱਛੇ ਕੰਮ ਦੀ ਸ਼ੁਰੂਆਤ ਜਦੋਂ ਕਰਨੀ ਹੋਵੇ ਬੰਦੇ ਨੇ, ਕੋਈ ਮੌਕਾ ਮਿਲਿਆ ਉਹਨੂੰ ਨਾ ਕਰੋ ਜੀ, ਕੋਈ ਮਾੜਾ ਕੰਮ ਉਹਨੂੰ ਨਾ ਕਰ ਦਿਉ, ਪਰ ਮੈਨੂੰ ਜਦੋਂ ਮੌਕਾ ਮਿਲਿਆ ਮੈਂ ਕਰੂੰਗਾ ਜ਼ਰੂਰ। ਕੋਈ ਮੂਵੀ ਮਿਲੂਗੀ ਉਹ 'ਚ ਵੀ ਰੋਲ ਕਰਾਂਗੇ, ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਕਿਉਂਕਿ ਕੰਮ ਤਾਂ ਕੰਮ ਹੈ ਜੀ, ਹੈ ਨਾ, ਕਰਾਂਗੇ ਜ਼ਰੂਰ ਜੀ। ਅਤੇ ਜੇ ਗੱਲ ਕਰੀਏ ਰੋਲ ਮਾਡਲ ਦੀ, ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਿਹਨਾਂ ਨੂੰ ਰੋਲ ਮਾਡਲ ਮੰਨਦੇ? ਦੇਖੋ ਜੀ, ਸਭ ਦੇ ਤਾਂ ਹੈ ਹੀ ਉਹ ਬੱਬੂ ਮਾਨ ਭਾਅ ਜੀ, ਮੈਂ ਉਹਨਾਂ ਨੂੰ ਬਹੁਤ ਮੰਨਦਾ ਜੀ, ਕਿਉਂਕਿ ਉਹਨਾਂ ਦੀਆਂ ਉਹਦਾ ਸਟਾਈਲ, ਉਹਨਾਂ ਦਾ ਗਾਉਣ ਦਾ ਸਟਾਈਲ, ਹੈ ਨਾ, ਖੁਦ ਆਪ ਲਿਖਦੇ ਨੇ, ਮੈਂ ਉਹਨਾਂ ਦਾ ਫੈਨ ਹਾਂ ਜੀ ਐਕਚੁਅਲੀ। ਫਿਰ ਦੂਜੇ ਨੰਬਰ ਦਿਲਜੀਤ ਭਾਅ ਜੀ ਜੀ, ਉਹਨਾਂ ਨੇ ਜੇ ਕਿਸੇ ਇੱਕ ਨੂੰ ਚੂਜ਼ ਕਰਨਾ ਹੋਵੇ ਫਿਰ, ਜਿਨ੍ਹਾਂ ਦਾ ਗਾਣਾ ਤੁਸੀਂ ਸਾਨੂੰ ਸੁਣਾਓ ਸਾਡੇ ਦਰਸ਼ਕਾਂ ਨੂੰ, ਬੇਸਿਕ ਤਾਂ ਇਹ ਸੀਗਾ ਨਾ? ਹਾਂਜੀ, ਬੱਬੂ ਮਾਨ ਭਾਅ ਜੀ ਦਾ ਸੁਣਾਉਂਦੇ ਜੀ ਗਾਣਾ। ਮੁੱਥ ਤੇ ਪਹਿਲਾਂ ਤੁਰ ਗਈ ਸੀ ਜੋ, ਸਾਰੇ ਰਿਸ਼ਤੇ ਤੋੜ ਕੇ, ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ। ਮੈਂ ਗਾ ਤਾਂ ਨਹੀਂ ਸਕਦਾ ਹੋਣਾ ਵਾਂਗੂ, ਪਰ ਫਿਰ ਵੀ ਮੈਨੂੰ ਬਹੁਤ ਪਸੰਦ ਆਉਂਦਾ ਗਾਣਾ। ਸਰ, ਜਿੱਦਾਂ ਤੁਸੀਂ ਦੱਸਿਆ ਕਿ ਸ਼ੁਰੂਆਤ ਤੁਸੀਂ ਕੀਤੀ ਨਿਊਜ਼ ਐਂਕਰ ਤੋਂ, ਫਰੋਮ ਸਿੰਗਰ, ਇੱਕ ਨਿਊਜ਼ ਐਂਕਰ ਤੋਂ ਅੱਜ ਤੁਸੀਂ ਉਸ ਸਾਈਡ ਤੇ ਬੈਠੇ ਹੋ, ਇੰਟਰਵਿਊ ਦੇ ਰਹੇ, ਸੈਲੀਬ੍ਰਿਟੀ ਬਣ ਗਏ, ਤੁਹਾਨੂੰ ਆਪਣੀ ਲਾਈਫ 'ਚ ਕਿੰਨਾ ਕੁ ਚੇਂਜ ਲੱਗਦਾ? ਦੇਖੋ ਜੀ, ਚੇਂਜ ਤਾਂ ਬਹੁਤ ਕੁਝ ਲੱਗਦਾ, ਜੇ ਤੁਸੀਂ ਮੇਰੀ ਸੀਟ 'ਤੇ ਆਉਂਗੇ ਤਾਂ ਤੁਹਾਨੂੰ ਵੀ ਚੇਂਜ ਲੱਗੂਗਾ ਥੋੜ੍ਹਾ ਜਿਹਾ, ਕਿਉਂਕਿ ਮੈਂ ਬਹੁਤ ਆਪਣੇ ਸਿਤਾਰਿਆਂ ਦੇ, ਆਪਣੇ ਜਿਹੜੇ ਦਿੱਗਜ ਨੇ, ਉਹਨਾਂ ਦੇ ਇੰਟਰਵਿਊ ਲਏ ਨੇ, ਅਤੇ ਨਰਵਸ ਹੁੰਦਾ ਸੀ ਇਹ ਸੀਟ 'ਤੇ ਬੈਠਾ, ਪਰ ਹੌਲੀ ਹੌਲੀ ਤੁਸੀਂ ਵੀ ਇੰਟਰਵਿਊ ਲੈ ਰਹੇ, ਹੌਲੀ ਹੌਲੀ ਤੁਹਾਡਾ ਵੀ ਮਤਲਬ ਪ੍ਰੋਫੈਸ਼ਨਲ ਵਧੀਆ ਹੁੰਦਾ ਗਿਆ, ਇਹਦਾ ਡਰ ਖੁੱਲਦਾ ਗਿਆ ਤੁਹਾਡਾ, ਹੈ ਨਾ, ਅਤੇ ਡਰ ਤਾਂ ਲੱਗਦਾ, ਅੱਜ ਵੀ ਬੈਠਾ ਮੈਂ ਸਾਹਮਣੇ ਕੈਮਰੇ, ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਡਰ ਤਾਂ ਲੱਗਦਾ ਇੱਥੇ ਬੈਠਿਆਂ ਨੂੰ, ਪਰ ਜਿਹੜੀ ਆ ਸੀਟ ਆ ਬੜੀ ਕਿਸਮਤ ਵਾਲਿਆਂ ਨੂੰ ਮਿਲਦੀ ਆ ਜੀ, ਅਤੇ ਮੈਂ ਤਾਂ ਕੁਰਸੀਆਂ ਦੋਨੋਂ ਦੇਖ ਲਈਆਂ, ਉੱਧਰ ਵੀ ਦੇਖ ਲਈ, ਇੱਧਰ ਵੀ ਦੇਖ ਲਈ। ਕਿਹੜੀ ਵਾਲੀ ਜ਼ਿਆਦਾ ਬੈਟਰ, ਉੱਧਰ ਵਾਲੀ ਕਿ ਇੱਧਰ ਵਾਲੀ? ਹੁਣ ਇੱਦਾਂ ਦਾ ਗੱਲ ਕਰੋ ਇਹਦਾ ਵੇ ਕੰਮ ਖਰਾਬ ਹੋ ਜਾਣਾ, ਜਿੱਥੋਂ ਮੈਨੂੰ ਪਹਿਲੇ ਸ਼ੁਰੂਆਤ ਮਿਲੀ ਉਹ ਕੁਰਸੀ ਵਧੀਆ ਸੀ ਮੇਰੇ ਲਈ ਜੀ, ਚਲੋ ਰੱਬ ਕਰੇ ਵੀ ਰਵੇ ਵਧੀਆ ਮੇਰੇ ਲਈ ਜੀ। ਬਿਲਕੁਲ, ਅਤੇ ਸਰ ਜੇ ਅਸੀਂ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੀ, ਅੱਗੇ ਕਿਹੜੇ ਕਿਹੜੇ ਨਵੇਂ ਸੌਂਗਸ ਕਰ ਰਹੇ? ਐਕਚੁਅਲੀ ਗਾਣੇ ਤਾਂ ਬਹੁਤ ਨੇ ਆਉਣ ਵਾਲੇ, ਮੈਂ ਹੁਣ ਚਾਹੁੰਦਾ ਜੀ ਕੁੜੀਆਂ ਨੂੰ ਵਿਆਹ ਦਾ ਚਾਅ ਬੜਾ ਹੁੰਦਾ, ਹਾਂਜੀ, ਵਿਆਹ ਦਾ ਨਾਂ ਲੈਂਦੇ ਕੁੜੀਆਂ ਟੱਪਦੀਆਂ ਹੈ, ਮੈਂ ਕਿਹਾ ਚਲੋ ਹੁਣ ਵਿਆਹ ਵਾਲਾ ਗਾਣਾ ਕਰੀਏ, ਮੰਡੀਰ ਦੇ ਗਾਣਾ ਤਾਂ ਸੁੱਟਤਾ ਹੀ, ਹੈ ਨਾ, ਮੈਂਟਲ ਹੁਣ ਉਹਨਾਂ ਨੂੰ ਪਸੰਦ ਆਇਆ, ਉਹਨਾਂ ਨੇ ਕਾਫੀ ਰਿਸਪੋਂਸ ਅੱਛਾ ਦਿੱਤਾ, ਹੁਣ ਵਿਆਹ ਦਾ ਚਾਅ ਹੈ ਸਾਡਾ ਗਾਣਾ ਉਹ ਕਰਾਂਗੇ, ਉਸ ਤੋਂ ਬਾਅਦ ਹੈਲ ਆਉਣਾ ਗਾਣਾ ਜੀ, ਹਾਂਜੀ ਹੈਲ ਵੀ ਆਏਗਾ, ਅਤੇ ਵਿਆਹ ਦਾ ਚਾਅ ਦੀ ਮੈਂ ਦੋ ਲਾਈਨਾਂ ਸੁਣਾ ਤੁਹਾਨੂੰ। ਮੋਰਾਂ ਵਾਲੀ ਤੁਰੇ ਜਦੋਂ ਆਪਾਂ ਤੁਰਵੇ, ਦੁੱਗਣੀ ਜੱਟੀ ਦੀ ਬਣ ਚੂਗੀ ਟੋਰਵੇ, ਲਹਿੰਗਾ ਮੈਂ ਲਿਆਉਣਾ ਤੇਰੀ ਪੱਗ ਨਾਲ ਦਾ, ਲਹਿੰਗਾ ਮੈਂ ਲਿਆਉਣਾ ਤੇਰੀ ਪੱਗ ਨਾਲ ਦਾ, ਦਿੱਤੀ ਆਵੇ ਮੈਚਿੰਗ ਕਰਾ, ਹੋ ਪੁੰਜੇ ਲੱਗਦੇ ਨੀ ਪੈਰ ਨੱਚਾਂ ਡੀਜੇ ਤੋਂ ਬਗੈਰ, ਮੈਨੂੰ ਚੜ੍ਹੇ ਆਵੇ ਆਦਾ ਇੰਨਾ ਚਾ, ਪੁੰਜੇ ਲੱਗਦੇ ਨੀ ਪੈਰ ਨੱਚਾਂ ਡੀਜੇ ਤੋਂ ਬਗੈਰ, ਮੈਨੂੰ ਚੜ੍ਹੇ ਆਵੇ ਆਦਾ ਇੰਨਾ ਚਾ। ਬਹੁਤ ਹੀ ਵਧੀਆ ਜੀ, ਆਈ ਹੋਪ ਕਿ ਇਹ ਗਾਣਾ ਵੀ ਤੁਹਾਡਾ ਬਹੁਤ ਲੋਕਾਂ ਨੂੰ ਪਸੰਦ ਆਵੇ। ਥੈਂਕ ਯੂ। ਜੇ ਅਸੀਂ ਗੱਲ ਕਰੀਏ ਤੁਹਾਡੇ ਆਪਣੇ ਫੇਵਰੇਟ ਫੀਲਡ ਦੀ, ਕਿ ਐਂਕਰ ਔਰ ਉਹਦੇ 'ਚ ਤਾਂ ਤੁਸੀਂ ਦੱਸਤਾ ਕਿ ਸਿੰਗਿੰਗ ਲਾਈਨ, ਸਿੰਗਿੰਗ ਲਾਈਨ ਵਿੱਚ ਜੇ ਗੱਲ ਕਰੀਏ ਕਿੱਦਾਂ ਦੇ ਸੌਂਗਸ ਜ਼ਿਆਦਾ ਕਰਨੇ ਪਸੰਦ ਕਰੋਗੇ, ਲਵ ਰੋਮਾਂਟਿਕਸ ਜਾਂ ਸੈਡ ਹੋ ਗਿਆ ਜਾਂ ਬੀਟ ਸੌਂਗ, ਕਿੱਦਾਂ ਦੇ? ਦੇਖੋ ਜੀ, ਐਕਚੁਅਲੀ ਬੀਟ ਸੌਂਗ ਨੱਚਣ ਟੱਪਣ ਵਾਲੇ ਹੀ ਵਧੀਆ ਰਹਿੰਦੇ, ਕਿਉਂਕਿ ਬੰਦੇ ਦਾ ਮੂਡ, ਅੱਧੀ ਦੁਨੀਆ ਦਾ ਵਿਚਾਰੀ ਦੁਖੀ ਰਹਿੰਦੀ ਆ, ਨੱਚਣ ਟੱਪਣ ਵਾਲੇ ਠੀਕ ਆ ਜੀ, ਹਾਂਜੀ, ਮੈਨੂੰ ਉਹੀ ਜ਼ਿਆਦਾ ਪਸੰਦ ਨੇ, ਬੀਟ ਸੌਂਗ ਹੀ ਜ਼ਿਆਦਾ ਪਸੰਦ ਆ, ਉਹੀ ਕਰਾਂਗੇ। ਅਤੇ ਜੇ ਅਸੀਂ ਗੱਲ ਕਰਦੇ ਹਾਂ ਯੂਥ ਦੀ, ਤੁਸੀਂ ਆਪ ਵੀ ਰੀਪ੍ਰਜੈਂਟ ਕਰਦੇ ਹੋ, ਯੂਥ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਯੂਜ਼ ਕਰਦਾ ਸੋਸ਼ਲ ਮੀਡੀਆ, ਚਾਹੇ ਫੇਸਬੁੱਕ, ਯੂਟਿਊਬ, ਸਨੈਪਚੈਟਸ, ਕੁਛ ਵੀ ਲੈ ਲਓ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜਾ ਚੱਲ ਰਿਹਾ, ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਿੰਨਾ ਕੁ ਹੈਲਪਫੁਲ ਹੈ? ਬਹੁਤ ਜ਼ਿਆਦਾ। ਦੇਖੋ, ਅਸੀਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਅੱਗੇ ਆਏ ਹਾਂ, ਠੀਕ ਹੈ, ਅਤੇ ਸੋਸ਼ਲ ਮੀਡੀਆ ਅੱਛੀ ਚੀਜ਼ ਵੀ ਆ, ਮਾੜੇ ਤਰੀਕੇ ਨਾਲ ਲੈਂਦੇ ਜਿਹੜੇ ਲੋਕ, ਫਿਰ ਉਹਨਾਂ ਲਈ ਮਾੜੀ ਚੀਜ਼ ਵੀ ਹੈ, ਅਤੇ ਹੁਣ ਸਾਡੇ ਵਰਗੇ ਘਰ ਬੈਠੇ ਸਿੰਗਰ ਜਿਹੜੇ ਵਿਚਾਰੇ ਨਹੀਂ ਅੱਗੇ ਆ ਸਕਦੇ, ਸੋਸ਼ਲ ਮੀਡੀਆ ਨੇ ਬੜੀ ਹੈਲਪ ਕੀਤੀ ਉਹਨਾਂ ਦੀ, ਹੈ ਨਾ। ਅੱਜ ਕੋਈ ਵੀ ਟੈਲੈਂਟਡ ਬੱਚਾ ਜੀ ਆਪਣੇ ਬਾਥਰੂਮ 'ਚ ਆਪਣੇ ਘਰ 'ਚ ਬਹਿ ਕੇ ਵੀ ਗਾਉਂਦਾ ਹੈ ਨਾ, ਉਹ
ਤੇ ਉਹ ਗੱਲ ਸਾਰੇ ਤੱਕ ਪਹੁੰਚ ਜਾਂਦੀ ਅੱਛੀ ਚੀਜ਼ ਬਿਲਕੁਲ ਹੈ ਨਾ ਫਿਰ ਉਹਨੂੰ ਮੌਕਾ ਮਿਲਦਾ ਸਟਾਰ ਬਣਨ ਦਾ ਹੁਣ ਕਿੰਨੇ ਲੋਕ ਵਿਚਾਰੇ ਗਾ ਗਾ ਕੇ ਸੋਸ਼ਲ ਮੀਡੀਆ ਤੋਂ ਹਿੱਟ ਹੋਏ ਨੇ ਬਿਲਕੁਲ ਚਾਹੇ ਅਸੀਂ ਚਾਹੇ ਕੋਈ ਵੀ ਆ ਮਤਲਬ ਸੋਸ਼ਲ ਮੀਡੀਆ ਬਹੁਤ ਅੱਛੀ ਚੀਜ਼ ਆ ਜੇ ਸਹੀ ਤਰੀਕੇ ਨਾਲ ਸਹੀ ਤਰੀਕੇ ਬਿਲਕੁਲ ਬਿਲਕੁਲ ਸਹੀ ਤਰੀਕੇ ਨਾਲ ਯੂਜ਼ ਕੀਤੀ ਜਾਵੇ ਤਾਂ ਤੇ ਸਰ ਜਾਣਦੇ ਹੋਏ ਸਾਡੇ ਯੂਥ ਨੂੰ ਕੀ ਮੈਸੇਜ ਦੋਗੇ ਦੇਖੋ ਜੀ ਹਰ ਵਾਰੀ ਤਰ੍ਹਾਂ ਮੈਂ ਇੱਕ ਗੱਲ ਕਹੂੰਗਾ ਜੀ ਕਲਾਕਾਰ ਦਾ ਕੰਮ ਹੁੰਦਾ ਜੀ ਇੰਟਰਟੇਨ ਕਰਨਾ ਅਤੇ ਇੰਟਰਟੇਨ ਹੀ ਰਹੋ ਨਾ ਕਿ ਜੇ ਹਥਿਆਰ ਜੇ ਗਾਣੇ ਚੱਲਦੇ ਵੀ ਪਏ ਆ ਫਿਲਮਾਂ ਵੀ ਹੁਣ ਕਿੰਨੀਆਂ ਪੁਰਾਣੀਆਂ ਫਿਲਮਾਂ ਵੀ ਚੱਲਦੀਆਂ ਹਥਿਆਰਾਂ ਦੇ ਨਾਲ ਹੀ ਸੀਗੀਆਂ ਠੀਕ ਹੈ ਜੀ ਅਤੇ ਆਪਾਂ ਉਸ ਚੀਜ਼ ਨੂੰ ਲੈ ਕੇ ਉਹਨਾਂ ਦੀ ਕਾਪੀ ਨਾ ਕਰੀਏ ਮਤਲਬ ਇੰਜੋਏ ਕਰੀਏ ਉਹਨੂੰ ਮੈਂ ਤਾਂ ਇੱਕੋ ਗੱਲ ਕਹੂੰਗਾ ਬਾਕੀ ਨਸ਼ੇ ਪੱਤਿਆਂ ਤੋਂ ਦੂਰ ਰਹੋ ਆਪਣੇ ਮਾਂ ਪਿਓ ਦਾ ਪੂਰਾ ਖਿਆਲ ਰੱਖੋ ਅਤੇ ਉਹਨਾਂ ਦੀ ਗੱਲ ਮੰਨੋ ਅਤੇ ਕੁਛ ਜ਼ਿੰਦਗੀ 'ਚ ਇੱਦਾਂ ਦਾ ਕੁਛ ਕਰੀਏ ਕਿ ਉਹਨਾਂ ਨਾਮ ਬਣੇ ਨਾਮ ਖਰਾਬ ਨਾ ਹੋਵੇ ਬਸ ਜੀ ਬਿਲਕੁਲ ਸਰ ਤੁਸੀਂ ਸਾਡੇ ਸ਼ੋਅ ਵਿੱਚ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਉਹਦੇ ਲਈ ਤੁਹਾਡਾ ਬਹੁਤ 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 ਥੈਂਕ ਯੂ ਜੀ ਪੰਜਾਬ ਪਲੱਸ ਚੈਨਲ ਦਾ ਅਤੇ ਰਵਿੰਦਰਪਾਲ ਸਿੰਘ ਗਰੋਵਰ ਜੀ ਦਾ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਕਰਦੇ ਹਾਂ ਕਿ ਇੱਕ ਵਾਰੀ ਫਿਰ ਆਵਾਂਗੇ ਤੁਹਾਡੇ ਕੋਲ ਨਵੇਂ ਗਾਣੇ ਦਾ ਜੀ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ